ਆਜ਼ਾਦੀ ਦਾ ਅੰਮ੍ਰਿਤ ਮਹੋਸਤਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਤਸੀ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵਕ ਵਕ ਮੰਨੇ ਪਰਮੰਨਿਅ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੀ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਆਜ਼ਾਦੀ ਕੋ ਲਾਟੇ ਨਵੀਨ ਚੰਦਰ ਬਰਦੁਲਾਈ ਜਹਨੂਰ ਅਲੀ ਸਿਦੇਸ਼ਵਰ ਰਾਜਹੰਸ ਕਲਪਤੀ ਗਣਪਤੀ ਸੁਬਰਾਮਨਿਅਨ ਅਤੇ ਅਮੀਰ ਅਲੀ ਤੇ ਸ਼ੇਖ ਮੁਰਾਦ ਖਾਨ ਬਾਰੇ ਜਾਣਕਾਰੀ ਦੇ ਰਹੇ ਹਾਂ। ਹਾਜ਼ਰੀ ਕੜੀ ਤੇ ਅਸੀਂ ਅਸਮ ਦੇ ਸੁਤੰਤਰਤਾ ਸੰਗਰਾਮੀ ਨਵੀਨ ਚੰਦਰ ਬਰਦੋਲਾਈ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 15 ਫਰਵਰੀ 1875 ਨੂੰ ਅਸਮ ਦੇ ਕਾਮਰੂਪ ਜ਼ਿਲ੍ਹੇ ਵਿੱਚ ਹੋਇਆ ਸੀ। ਉਹ 1920-1922 ਦੌਰਾਨ ਆਸਹਿਯੋਗ ਅੰਦੋਲਨ ਦੇ ਸਮੇਂ ਅਸਮ ਦੇ ਪ੍ਰਮੁੱਖ ਨੇਤਾ ਸਨ। ਉਹਨਾਂ ਨੇ ਆਪਣੇ ਵਧੀਆ ਕੰਮਾਂ ਅਤੇ ਜੀਵਨ ਸ਼ੈਲੀ ਰਾਹੀਂ ਖਾਦੀ ਦੇ ਉਦਯੋਗ ਅਤੇ ਅਹਿੰਸਾ ਦੇ ਸਿਧਾਂਤਾਂ ਬਹੁਤ ਪ੍ਰਚਾਰ ਕੀਤਾ। ਮੌਨਟੇਗਿਊ ਚੋਮਸਫੋਰਡ ਸੁਧਾਰਾਂ 'ਚ ਅਸਮ ਨੂੰ ਸ਼ਾਮਲ ਕਰਵਾਉਣ ਦੇ ਮੰਤਵ ਨਾਲ ਅਸਮ ਐਸੋਸੀਏਸ਼ਨ ਵਿੱਚ ਸ਼ਾਮਲ ਹੋਏ ਅਤੇ 1916 ਇੰਗਲੈਂਡ ਚਲੇ ਗਏ। ਉਹਨਾਂ ਦੀ ਇਹ ਯਾਤਰਾ ਸਫਲ ਰਹੀ ਅਤੇ ਅਸਮ ਨੂੰ ਨਵੀਂ ਪ੍ਰਸ਼ਾਸਨਿਕ ਯੋਜਨਾ 'ਚ ਸ਼ਾਮਲ ਕੀਤਾ ਗਿਆ। 1920 'ਚ ਉਹ ਨਾਗਪੁਰ ਸੈਸ਼ਨ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ 'ਚ ਸ਼ਾਮਲ ਹੋਏ। ਬਰਦੋਲਾਈ ਨੇ ਅਸਾਮ ਦੇ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਅਤੇ ਆਸਹਿਯੋਗ ਅੰਦੋਲਨ 'ਚ ਲੋਕਾਂ ਦੀ ਹਿੱਸੇਦਾਰੀ ਵਧਾਉਣ ਦੀ ਜ਼ਿੰਮੇਵਾਰੀ ਸੰਭਾਲੀ। ਇਸ ਦੌਰਾਨ ਅਤੇ 1930 ਦੇ ਦਹਾਕੇ 'ਚ ਬਰਦੋਲਾਈ ਨੂੰ ਜੇਲ੍ਹ ਵੀ ਜਾਣਾ ਪਿਆ ਅਤੇ ਅੰਗਰੇਜ਼ਾਂ ਦਾ ਕਠੋਰ ਰਵੱਈਆ ਸਹਿਣਾ ਪਿਆ। ਬਰਦੋਲਾਈ ਨੇ ਇੰਡੀਅਨ ਨੈਸ਼ਨਲ ਕਾਂਗਰਸ 'ਚ ਕਈ ਅਹਿਮ ਅਹੁਦੇ ਸੰਭਾਲੇ। ਉਹ 1926 ਵਿੱਚ ਕਾਂਗਰਸ ਦੇ ਪਾਂਡੂ ਅਦਿਵੇਸ਼ਣ ਦੀ ਸਵਾਗਤ ਕਮੇਟੀ ਦੇ ਮਹਾਸਚਿਵ ਸਨ। ਰਾਜਨੀਤਿਕ ਕਾਰਜਕਰਤਾ ਦੇ ਰੂਪ 'ਚ ਕੰਮ ਕਰਨ ਤੋਂ ਇਲਾਵਾ ਬਰਦੋਲਾਈ ਪ੍ਰਸਿੱਧ ਲੇਖਕ ਅਤੇ ਅਨੁਵਾਦਕ ਵੀ ਸਨ। ਉਹਨਾਂ ਦੇ ਜ਼ਿਆਦਾਤਰ ਲੇਖਾਂ 'ਚ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਮੁੱਖਤਾ ਦਿੱਤੀ ਗਈ। ਬਰਦੋਲਾਈ ਦੇਸ਼ਮਰਪਣ, ਦ੍ਰਿੜਤਾ ਅਤੇ ਸਖਤ ਮਿਹਨਤ ਨੇ ਉਹਨਾਂ ਨੂੰ ਕਰਮਵੀਰ ਦੇ ਰੂਪ ਵਿੱਚ ਹਰਮਨ ਪਿਆਰਾ ਬਣਾਇਆ। ਮਹਾਨ ਸੁਤੰਤਰਤਾ ਸੈਨਾਨੀ ਨੂੰ ਸ਼ਤ ਸ਼ਤ ਨਮਨ। ਅਸੀਂ ਸੁਤੰਤਰਤਾ ਸੈਨਾਨੀ ਜਹਾਨੂਰ ਅਲੀ ਨੂੰ ਯਾਦ ਕਰਦੇ ਹਾਂ। 15 ਫਰਵਰੀ 1922 ਨੂੰ ਅਸਮ ਦੀ ਸੂਰਮਾ ਘਾਟੀ ਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਜਾਨੂਰ ਅਲੀ ਪਵਿੱਖ ਦੀ ਰਾਜਨੀਤਿਕ ਕਾਰਵਾਈ ਤੇ ਚਰਚਾ ਲਈ ਲਗਭਗ 300 ਲੋਕਾਂ ਦੇ ਨਾਲ ਸਿਲਹਟ ਦੇ ਕਨਈ ਘਾਟ ਵਿੱਚ ਇਕੱਠੇ ਹੋਏ। ਹਾਲਾਂਕਿ ਇਸ ਬੈਠਕ ਲਈ ਸਥਾਨਕ ਪੁਲਿਸ ਦੀ ਮਨਜ਼ੂਰੀ ਲਈ ਗਈ ਸੀ। ਫਿਰ ਵੀ ਬ੍ਰਿਟਿਸ਼ ਅਧਿਕਾਰੀਆਂ ਨੇ ਅਚਾਨਕ ਇਨ੍ਹਾਂ ਲੋਕਾਂ ਨੂੰ 7 ਮਿੰਟ ਦੇ ਅੰਦਰ ਵਿੜਾ ਖਾਲੀ ਕਰਨ ਦਾ ਆਦੇਸ਼ ਦਿੱਤਾ। ਨਿਰਦੋਸ਼ ਲੋਕਾਂ ਦੀ ਗੱਲ ਸੁਣੇ ਬਿਨਾ ਹੀ ਪੁਲਿਸ ਨੇ ਅਚਾਨਕ ਗੋਲੀਬਾਰੀ ਚਾਲੂ ਕਰ ਦਿੱਤੀ ਅਤੇ ਗੋਲੀ ਲੱਗਣ ਨਾਲ ਜਹਾਨੂਰ ਅਲੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਸੀਂ ਮਹਾਨ ਸੁਤੰਤਰਤਾ ਸੈਨਾਨੀ ਨੂੰ ਸਲਾਮ ਕਰਦੇ ਹਾਂ ਅਸੀਂ ਸਤਿਆਗ੍ਰਹੀ ਸਿਦੇਸ਼ਵਰ ਰਾਜਹੰਸ ਨੂੰ ਵੀ ਯਾਦ ਕਰਦੇ ਹਾਂ ਜਿਹੜੇ 15 ਫਰਵਰੀ 1932 ਨੂੰ ਸ਼ਹੀਦ ਹੋ ਗਏ ਸਨ ਰਾਜਹੰਸ ਬਿਹਾਰ ਦੇ ਮੁੰਗੀਰ ਜ਼ਿਲ੍ਹੇ ਤੋਂ ਸਨ ਅਤੇ ਉਹਨਾਂ ਨੇ ਸਵੈਨੇ ਅਵਿਗਿਆ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲਿਆ ਮੁਗેર ਦੀ ਕਾਂਗਰਸ ਕਮੇਟੀ ਨੇ 15 ਫਰਵਰੀ 1932 ਨੂੰ ਝੰਡਾ ਸੱਤਿਆਗ੍ਰਹਿ ਦਿਵਸ ਦੇ ਰੂਪ ਵਿੱਚ ਕੌਸ਼ਿਦ ਕੀਤਾ ਸੀ ਰਾਜਹੰਸ ਉਸ ਭੀੜ ਵਿੱਚ ਸ਼ਾਮਲ ਹੋ ਗਏ ਜਿਹੜੀ ਤਾਰਾਪੁਰ ਥਾਣੇ ਉੱਤੇ ਝੰਡਾ ਲਹਿਰਾਉਣ ਦੇ ਮੰਤਵ ਨਾਲ ਇਕੱਠੀ ਹੋਈ ਸੀ ਪੁਲਿਸ ਨੇ ਪਹਿਲਾਂ ਭੀੜ ਨੂੰ ਉੱਥੋਂ ਹਟਣ ਦੀ ਚੇਤਾਵਨੀ ਦਿੱਤੀ ਅਤੇ ਫਿਰ ਉਸ ਤੇ ਅਨੇਵਾਹ ਗੋਲੀਆਂ ਚਲਾ ਦਿੱਤੀਆਂ ਇਸ ਵਿੱਚ ਰਾਜਹੰਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਇਸ ਮਹਾਨ ਸ਼ਹੀਦ ਨੂੰ ਸਾਡਾ ਨਮਨ ਅਸੀਂ ਗਾਂਦੀਵਾਦੀ ਅਤੇ ਪ੍ਰਸਿੱਧ ਕਲਾਕਾਰ ਕਲਪਤੀ ਗਣਪਤੀ ਸੁਬਰਾਮਣੀਅਮ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਦਾ ਜਨਮ 15 ਫਰਵਰੀ 1924 ਨੂੰ ਕੇਰਲ ਦੇ ਕੁੱਥੂ ਪਰੰਬਾ ਵਿੱਚ ਹੋਇਆ ਸੀ ਉਹ ਸੁਤੰਤਰਤਾ ਸੰਗਰਾਮ 'ਚ ਸਰਗਰਮ ਰੂਪ ਵਿੱਚ ਸ਼ਾਮਲ ਸਨ ਅਤੇ ਆਪਣੀ ਗਾਂਦੀਵਾਦੀ ਵਿਚਾਰਧਾਰਾ ਲਈ ਜਾਣੇ ਜਾਂਦੇ ਸਨ ਸੁਤੰਤਰਤਾ ਅੰਦੋਲਨ ਵਿੱਚ ਯੋਗਦਾਨ ਲਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਸਰਕਾਰੀ ਮਹਾਵਿਦਿਆਲੇ ਵਿੱਚ ਉਹਨਾਂ ਦੀ ਨਿਯੁਕਤੀ ਤੇ ਰੋਕ ਲਗਾ ਦਿੱਤੀ ਗਈ ਸੁਤੰਤਰਤਾ ਤੋਂ ਬਾਅਦ ਸੁبرਮਾਨੀਅਮ ਵੱਖ-ਵੱਖ ਸੱਭਿਆਚਾਰਕ ਕੰਮਾਂ ਮਿੱਟੀ ਤੇ ਵਰਤਨ ਮੂਰਤੀ ਕਲਾ ਖਿਡਾਉਣੇ ਅਤੇ ਬੱਚਿਆਂ ਦੀਆਂ ਕਿਤਾਬਾਂ ਲਿਖਣ 'ਚ ਵਿਅਸਤ ਹੋ ਗਏ ਇਸ ਮਹਾਨ ਭਾਰਤੀ ਨੂੰ ਸਾਡਾ ਨਮਨ ਅਸੀਂ ਦਿੱਲੀ ਦੇ ਦੋ ਨਿਵਾਸੀਆਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਭਾਰਤੀ ਸੁਤੰਤਰਤਾ ਦੇ ਪਹਿਲੇ ਯੁੱਧ ਵਿੱਚ ਹਿੱਸਾ ਲਿਆ ਸੀ ਉਹਨੇ ਅਮੀਰ ਅਲੀ ਅਤੇ ਸ਼ੇਖ ਮੁਰਾਦ ਖਾਨ ਉਹਨਾਂ ਨੂੰ ਬ੍ਰਿਟਿਸ਼ ਸੈਨਿਕਾਂ ਨੇ ਫੜ ਲਿਆ ਤੇ ਮੌਤ ਦੀ ਸਜ਼ਾ ਸੁਣਾਈ 15 ਫਰਵਰੀ 1858 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਅਸੀਂ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ